ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਭਵਪ੍ਰੀਤ, ਡੈਲਵਿੰਗ ਵੀਜ਼ਾਸ ਐਂਡ ਇਮੀਗ੍ਰੇਸ਼ਨ ਤੋਂ। ਅੱਜ ਮੈਂ ਉਹਨਾਂ ਸਟੂਡੈਂਟਸ ਵਾਸਤੇ ਆਪਸ਼ਨ ਲੈ ਕੇ ਆਈ ਹਾਂ ਜੋ ਆਪਣੀ ਫਰਦਰ ਐਜੂਕੇਸ਼ਨ ਅਬਰੋਡ ਕਰਨਾ ਚਾਹੁੰਦੇ ਨੇ, ਪਰ ਐਕਡੈਮਿਕਸ ਕਾਫੀ ਲੋਅ ਨੇ, ਲੋਅ ਬਜਟ ਦੇ ਵਿੱਚ ਜਾਣਾ ਚਾਹੁੰਦੇ ਨੇ, ਵਿਦਆਊਟ ਆਈਐਲਟਸ ਪ੍ਰੈਫਰ ਕਰਦੇ ਨੇ, ਐਂਡ ਓਲ ਫੰਡਸ ਦੀ ਜਿੱਥੇ ਰਿਕੁਆਇਰਮੈਂਟ ਨਾ ਹੋਵੇ, ਪਰ ਜੋ ਵੀਜ਼ਾ ਸਕਸੈਸ ਰੇਟ ਹੈਗਾ ਵਾ ਉਹ ਸਭ ਤੋਂ ਜ਼ਿਆਦਾ ਹਾਈ ਹੋਵੇ, ਤਾਂ ਉਹਨਾਂ ਸਟੂਡੈਂਟਸ ਐਂਡ ਉਹਨਾਂ ਕੈਂਡੀਡੇਟਸ ਵਾਸਤੇ ਹੈ ਮੇਰੀ ਅੱਜ ਦੀ ਇਨਫੋਰਮੇਟਿਵ ਵੀਡੀਓ, ਦੈਟ ਇਜ਼ ਅਬਾਊਟ ਸਿੰਗਾਪੁਰ। ਜੀ ਹਾਂ, ਜੇ ਮੈਂ ਗੱਲ ਕਰਾਂ ਕਿ ਸਿੰਗਾਪੁਰ ਦੇ ਵਿੱਚ ਕੀ ਐਲੀਜੀਬਿਲਟੀ ਕ੍ਰਾਈਟੀਰੀਆ ਹੈਗਾ ਵਾ ਆਪਣੀ ਐਡਮਿਸ਼ਨ ਲੈਣ ਦਾ ਜਾਂ ਵੀਜ਼ਾ ਲੈਣ ਦਾ, ਤਾਂ ਉਹ ਸਿੰਪਲ ਹੈ। ਜੇ ਤੁਸੀਂ ਆਪਣੀ ਐਜੂਕੇਸ਼ਨ ਜੋ ਹੈ 10th ਤੋਂ ਬਾਅਦ ਦੀ ਹੈ, ਮਿਨੀਮਮ ਐਜੂਕੇਸ਼ਨ 10th ਰਿਕੁਆਇਰਡ ਹੈ, ਜੇ ਤੁਸੀਂ 10th ਕੀਤੀ ਹੈ, ਪਲੱਸ 2 ਕੀਤੀ ਹੈ, ਬੈਚਲਰਸ ਹੈ, ਮਾਸਟਰਸ ਹੈ, ਐਂਡ ਉਸ ਡਿਊਰੇਸ਼ਨ ਦੇ ਵਿੱਚ ਤੁਹਾਡਾ 8 ਤੋਂ 10 ਸਾਲ ਤੱਕ ਦਾ ਗੈਪ ਹੈਗਾ ਹੈ, ਤਾਂ ਐਕਸੈਪਟੇਬਲ ਹੈ। ਤੁਸੀਂ ਆਪਣੀ ਐਜੂਕੇਸ਼ਨ ਤੋਂ ਬਾਅਦ 8 ਤੋਂ 10 ਸਾਲ ਦੇ ਗੈਪ ਦੇ ਨਾਲ ਬਿਨਾਂ ਆਇਲਸ, ਜਿਵੇਂ ਆਇਲਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ, ਓਲਡ ਫੰਡਸ ਦੀ ਰਿਕੁਆਇਰਮੈਂਟ ਨਹੀਂ ਹੈ, 1 ਡੇ ਓਲਡ ਫੰਡਸ ਵੀ ਐਕਸੈਪਟੇਬਲ ਹੈਗੇ ਨੇ, ਇਹ ਸਾਰੀ ਰਿਕੁਆਇਰਮੈਂਟਸ ਦੇ ਨਾਲ ਤੁਸੀਂ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਹੋ ਸਿੰਗਾਪੁਰ ਦੇ ਵਿੱਚ। ਜੇ ਮੈਂ ਗੱਲ ਕਰਾਂ ਕਿ ਸਿੰਗਾਪੁਰ ਦੇ ਵਿੱਚ ਸਟੱਡੀ ਕਰਨ ਦਾ ਫਾਇਦਾ ਕੀ ਹੈ, ਜੇ ਸਿੰਗਾਪੁਰ ਦੇ ਵਿੱਚ ਤੁਸੀਂ ਆਪਣੀ ਸਟੱਡੀ ਕਰਦੇ ਹੈਗੇ ਹੋ, ਸਭ ਨੂੰ ਪਤਾ ਕਿ 6+6 ਦੀ ਸਟੱਡੀ ਹੁੰਦੀ ਹੈ, 6 ਮੰਥਸ ਜੋ ਹੁੰਦੇ ਆ ਤੁਹਾਡੀ ਐਜੂਕੇਸ਼ਨ ਹੁੰਦੀ ਹੈ, ਤੁਹਾਡੀ ਕਲਾਸਿਸ ਹੁੰਦੀਆਂ ਨੇ, ਰੈਸਟ ਆਫ 6 ਮੰਥਸ ਜੋ ਹੁੰਦੇ ਆ ਤੁਹਾਡੀ ਇੰਟਰਨਸ਼ਿਪਸ ਹੁੰਦੀਆਂ ਨੇ, ਪੇਡ ਇੰਟਰਨਸ਼ਿਪਸ ਹੁੰਦੀਆਂ ਨੇ, ਤੁਹਾਨੂੰ ਜੋ ਇੰਟਰਨਸ਼ਿਪ ਮਿਲ ਰਹੀ ਹੈ ਵਗੈਰਾ ਉਹ ਪੇਡ ਹੁੰਦੀ ਹੈ, ਫ੍ਰੀ ਇੰਟਰਨਸ਼ਿਪਸ ਨਹੀਂ ਹੁੰਦੀਆਂ। ਪਲੱਸ ਸਾਡੇ ਕੋਲ ਆਪਸ਼ਨ ਹੈ, ਜੇ 6-6 ਵਾਸਤੇ ਬੱਚਾ ਨਹੀਂ ਜਾਣਾ ਚਾਹੁੰਦਾ, ਤਾਂ ਸੈਕਿੰਡ ਆਪਸ਼ਨ ਹੈ 9-6, ਜਿਵੇਂ ਕਿ 9 ਮੰਥਸ ਉਹਦੀ ਸਟੱਡੀ ਹੁੰਦੀ ਹੈ, ਰੈਸਟ ਆਫ 6 ਮੰਥਸ ਜੋ ਹੈਗੀ ਆ ਉਸਦੀ ਇੰਟਰਨਸ਼ਿਪ ਹੁੰਦੀ ਹੈ। ਇਹ ਸਾਰੇ ਪ੍ਰੋਗਰਾਮਸ ਦੇ ਨਾਲ ਇੱਕ ਹੋਰ ਪ੍ਰੋਗਰਾਮ ਹੈ ਪਾਥਵੇ ਪ੍ਰੋਗਰਾਮ। ਜੇ ਕੋਈ ਸਟੂਡੈਂਟ ਡਾਇਰੈਕਟਲੀ UK ਜਾਣਾ ਚਾਹੁੰਦਾ ਹੈ, ਜਾਂ USA ਜਾਣਾ ਚਾਹੁੰਦਾ ਹੈ, ਜਾਂ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ, ਜਾਂ ਯੂਰਪ ਦੀ ਕਿਸੇ ਕੰਟਰੀ ਜਾਣਾ ਚਾਹੁੰਦਾ ਹੈ, ਪਰ ਉਸਦਾ ਐਲੀਜੀਬਿਲਟੀ ਕ੍ਰਾਈਟੀਰੀਆ ਉਸਨੂੰ ਅਲਾਓ ਨਹੀਂ ਕਰ ਰਿਹਾ ਉਹ ਕੰਟਰੀ ਦੇ ਵਿੱਚ ਪ੍ਰੈਫਰ ਕਰਨ ਦਾ ਜਾਂ ਉੱਥੇ ਜਾਣ ਦਾ, ਤਾਂ ਉਸ ਵਾਸਤੇ ਸਿੰਗਾਪੁਰ ਦੇ ਵਿੱਚ ਬਹੁਤ ਅੱਛੇ ਪਾਥਵੇ ਆਪਸ਼ਨਸ ਹੈਗੇ ਨੇ। ਤੁਸੀਂ ਸਿੰਗਾਪੁਰ ਦੇ ਵਿੱਚ 1 ਈਅਰ ਦੀ ਬੈਚਲਰ ਸਟੱਡੀ ਕੰਪਲੀਟ ਕਰਕੇ ਉਸ ਤੋਂ ਬਾਅਦ ਆਪਣੀ ਫਾਈਲ ਜੋ ਹੈ ਉਹ UK ਵੀ ਅਪਲਾਈ ਕਰ ਸਕਦੇ ਹੈਗੇ ਹੋ, ਆਸਟ੍ਰੇਲੀਆ ਵੀ ਅਪਲਾਈ ਕਰ ਸਕਦੇ ਹੋ, USA ਵੀ ਜਾ ਸਕਦੇ ਹੋ, ਯੂਰਪ ਦੀ ਬਹੁਤ ਸਾਰੀ ਕੰਟਰੀਜ਼ ਹੈ ਜਿਸ ਦੇ ਵਿੱਚ ਤੁਸੀਂ ਆਪਣਾ ਜੋ ਵੀਜ਼ਾ ਹੈ ਉਹ ਅਪਲਾਈ ਕਰ ਸਕਦੇ ਹੈਗੇ ਹੋ। ਤਾਂ ਲਾਸਟ ਦੇ ਵਿੱਚ ਮੈਂ ਅਗੇਨ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਲੋਅ ਬਜਟ ਦੇ ਵਿੱਚ ਜਾਣਾ ਚਾਹੁੰਦੇ ਹੋ ਬਟ ਹਾਈ ਵੀਜ਼ਾ ਸਕਸੈਸ ਰੇਟ ਦੇ ਨਾਲ, ਲੋਅ ਐਕਡੈਮਿਕਸ ਐਂਡ ਜ਼ਿਆਦਾ ਗੈਪ ਦੇ ਨਾਲ ਵਿਦਆਊਟ ਓਲ ਫੰਡਸ ਦਿਖਾਏ, ਤਾਂ ਸਿੰਗਾਪੁਰ ਤੁਹਾਡੇ ਸਾਰਿਆਂ ਵਾਸਤੇ ਦੀ ਬੈਸਟ ਆਪਸ਼ਨ ਹੈ। ਸਿੰਗਾਪੁਰ ਦੇ ਉੱਪਰ ਫਰਦਰ ਇਨਫੋਰਮੇਸ਼ਨ ਐਂਡ ਫਰਦਰ ਡਿਸਕਸ਼ਨ ਦੇ ਲਈ ਤੁਸੀਂ ਸਾਡੇ ਨੀਚੇ ਦਿੱਤੇ ਹੋਏ ਹੋਟਲਾਈਨ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਜਾਂ ਫਿਰ ਸਾਡੀ ਨੀਅਰੈਸਟ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ।